ਅਸਲਾਮ ਅਲੈਕੁਮ। ਹਾਂਜੀ ਦੋਸਤ, ਸੁਣਾਓ ਕੀ ਹਾਲ ਹੈ? ਠੀਕ ਹੋ? ਮੈਂ ਪਿਆਰੀ ਸੀ ਕਾਕੇ ਆਪਣੇ ਨੂੰ ਦੁੱਧ ਹੈ। ਇਹ ਨਿੱਕਾ ਜਿੰਨਾ ਹੈ, ਨਿੱਕੇ ਨਿੱਕੇ ਪੈਰ ਹੈ ਅਤੇ ਮੇਰਾ ਬੇਟਾ, ਅਤੇ ਮੈਂ ਦੁੱਧ ਪਿਆ ਰਹੀ ਸੀ। ਦੂਜਾ ਰੋਂਦੇ ਕਰੀ ਜਾਂਦੇ ਆ, ਮੈਂ ਕਹਿ ਰਹੀ ਪੁਪਕਾਰ 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 ਮਾਰਦਾ ਹੀ ਨਹੀਂ। ਓਏ ਅੱਲਾ, ਜਿਹਦੇ ਨੇ ਪੈਲਸਨ ਸੇ ਕਿਹਾ ਮੂੰਹ ਕਾਲ ਕੀਆ ਵਾ। ਐ ਮੇਰਾ ਬੇਟਾ ਚਿੱਠੀ ਪੀ ਰਿਹਾ, 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 ਛੋਟਾ ਜਿਹਾ। ਹੋਰ ਸੁਣਾਓ ਦੋਸਤੋ। ਬਸ ਮੈਂ ਅੱਜ ਨਾਸ਼ਤਾ ਬਣਾਉਣ ਆਏ ਹਲੇ ਹੈ, ਅਤੇ ਤੁਸੀਂ ਕੀ ਨਾਸ਼ਤਾ ਕੀਤਾ? ਜ਼ਰੂਰ ਚੁੱਪ ਕਰ ਜਾ, ਮੈਂ ਮਾਰੂੰਗੀ। ਮੈਂ ਤਾਂ ਨਾਲ ਪੀਣੀ ਹੈ ਚਾਹ 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 ਦੇ ਮੇਰੇ ਬੜੇ ਚਰਚੇ ਨੇ, ਦੂਰ 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 ਤੀਕਰ ਚਰਚੇ ਨੇ, ਚਾਹ ਦੇ ਬੜੇ ਚਰਚੇ ਨੇ। ਕਹਿੰਦੇ ਚਾਹ ਬੜੀ ਪੀਂਦੀ, ਚਾਹ ਬੜੀ ਪੀਂਦੀ। ਕੋਈ ਗੱਲ ਨਹੀਂ, ਫਿਰ ਚਾਹ ਵੀ ਤਾਂ ਬੰਦੇ ਹੀ ਪੀਂਦੇ ਨੇ। ਮਕਾਨ ਦਾ ਪਤਾ ਕੀਤਾ, 25,000-30,000 ਕਿਰਾਇਆ, ਕੋਈ ਗੱਲ ਹੀ ਕਰਨ ਵਾਲੀ? ਇੰਨੇ ਮਹਿੰਗੇ ਮਕਾਨ, ਹੱਦ ਹੀ ਮੁੱਕ ਗਈ। 25,000-20,000-30,000 ਕਿਰਾਇਆ, ਅਤੇ ਮਾੜਾ ਬੰਦਾ ਕੀ ਕਰੇਗਾ? ਜਿਹਦੀ 1,000 ਰੁਪਿਆ ਦਿਹਾੜੀ ਹੈ। ਉਹ ਮਰੀਮ ਨਵਾਜ਼ ਨੂੰ ਕਹੋ, ਸਾਰੇ ਕਮੈਂਟਸ ਕਰੋ, ਬੀਬੀ ਸਕੀਮ ਕੱਢ, ਜਿਹੜੇ ਕਿਰਾਏਦਾਰ ਨੇ ਉਹਨਾਂ ਨੂੰ ਮਕਾਨ ਆਪਣੇ ਦਵੋ ਲੈ ਕੇ, ਹੈ ਤਾਂ ਕਿ ਵਿਚਾਰੇ ਵੱਸ ਸਕਣ, ਬੱਚਿਆਂ ਨੂੰ ਪੜ੍ਹਾ ਸਕਣ, ਬੱਚਿਆਂ ਦੀ ਪੜ੍ਹਾਈ ਕਰਾ ਸਕਣ। ਅਸੀਂ ਆਪ ਨਹੀਂ ਹਲੇ ਸਕੂਲੇ ਪਾਇਆ, ਦੂਰ ਦੀ ਕੀ ਗੱਲ, ਮੰਗਿਆਈ ਇੰਨੀ ਬਿੱਲ ਕਿਰਾਏ ਦੇਈਏ, ਖਾਣ ਪੀਣ ਪੂਰਾ ਕਰੀਏ, ਬੱਚਿਆਂ ਦੇ ਕੱਪੜੇ ਲੱਤੇ ਲਿਆਈਏ, ਜਾਂ ਉਹਨਾਂ ਦੇ ਸਕੂਲ ਦੀਆਂ ਫੀਸਾਂ ਦੇਈਏ। ਪਤਾ ਕੀਤਾ, 2,000 ਰੁਪਇਆ ਫੀਸ ਕੱਚੀ ਦੇ ਬੱਚੇ ਦੀ, ਪ੍ਰਾਇਮਰੀ ਨਰਸਰੀ, ਦੱਸੋ ਕੋਈ ਗੱਲ ਹੈ ਕਰਨ ਵਾਲੀ? ਅਤੇ ਮਾੜੇ ਬੰਦੇ ਨੇ ਕਿੱਥੋਂ ਪੜ੍ਹਾਉਣਾ? ਸਾਡਾ ਮੁਲਕ ਕਿਵੇਂ ਤਰੱਕੀ ਕਰੇਗਾ? ਜਦ ਤੱਕ ਕਿ ਲੋਕਾਂ ਦੇ ਘਰ ਨਾ ਆਪਣੇ ਹੋਣਗੇ। ਘਰ ਅੱਲਾ ਪਾਕ ਦੀ ਬੜੀ ਵੱਡੀ ਨਿਯਮਤ ਹੈ, ਘਰ ਹੋਣਾ ਬਹੁਤ ਜ਼ਰੂਰੀ ਹੈ ਦੋਸਤੋ। ਸਭ ਦੁਆ ਕਰੋ, ਸਭ ਨੂੰ ਅੱਲਾ ਪਾਕ